ਮਨ ਵੀ ਹੈ ਸੁਰਬਤ ਵਿਚਾਰਾ ਮਨ ਵੀ ਹੈ ਸੁਰਬਤ ਵਿਚਾਰਾ ਜੇ ਕੇਮ ਵਰਸੇ ਰਤਧਾ ਮਨ ਵੀ ਹੈ ਸੁਰਬਤ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਆਓ ਕਰੀਏ دیدار ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 457 ਦੇ ਉੱਪਰ ਅੰਕਿਤ ਆਸਾ ਰਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਨੇ ਆਸਾ ਮਹੱਲਾ 5 ਆਸਾ ਰਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੇ ਸ਼ਾਂਤੀ ਦੇ ਸਮੁੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ ਚਾਰ ਪਦਿਆਂ ਦਾ ਸ਼ਬਦ ਹੈ ਸ਼ਬਦ ਦਾ ਸਰੂਪ ਜੋ ਹੈ ਉਹ ਛੰਤ ਹੈ ਛੰਤ ਦੇ ਵਿੱਚ 6-6 ਪੰਕਤੀਆਂ ਦਾ ਇੱਕ-ਇੱਕ ਪਦਾ ਹੁੰਦਾ ਹੈ ਇਦਾਂ 6-6 ਪੰਕਤੀਆਂ ਦੇ ਚਾਰ ਪਦੇ ਨੇ ਤੇਰੇ ਸੰਤਨ ਸੁਹਾਗ ਮਰ ਨਾ ਜਾਵੇ ਸੰਤਨ ਰੱਬ ਦੇ ਪਿਆਰੇ ਰੱਬ ਦੇ ਪਿਆਰਿਆਂ ਦਾ ਸੁਹਾਗ ਪਤੀ ਰੱਬ ਆਪ ਹੈ ਉਹ ਫਿਰ ਸਦੀਵੀ ਹੈ ਮਰ ਨਾ ਜਾਵੇ ਨਾ ਕਦੀ ਜਾਂਦਾ ਤੇ ਨਾ ਮਰੇਗਾ ਸਦੀਵੀ ਸੁਹਾਗ ਜਿਸ ਪਤਨੀ ਦਾ ਸੁਹਾਗ ਉਹਦੇ ਸਿਰ ਤੇ ਉਹਦੇ ਨਾਲ ਹਰ ਵੇਲੇ ਹੈ ਉਹ ਪਤਨੀ ਬੇਫਿਕਰ ਹੈ ਜਿਸ ਸੋਚ ਦਾ ਪਤੀ ਰੱਬ ਬਣ ਗਿਆ ਸੱਚਾ ਗਿਆਨ ਬਣ ਗਿਆ ਉਹ ਸੱਚਾ ਗਿਆਨ ਨਾ ਕਦੀ ਮਰਦਾ ਤੇ ਨਾ ਜਾਂਦਾ ਹੈ ਜਾ ਕੇ ਗ੍ਰਹਿ ਹਰਨਾਹ ਸੋ ਸਦਹੀ ਰਾਵੈ ਜਿਸ ਦੇ ਹਿਰਦੇ ਰੂਪੀ ਘਰ ਵਿੱਚ ਨਾ ਹੁੰਦਾ ਪਤੀ ਰੱਬ ਪਤੀ ਵਸ ਜਾਵੇ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਉਹਦੀ ਹੁੰਦ ਮਹਿਸੂਸ ਹੋਵੇ ਉਹ ਸਦਾ ਹੀ ਇਸ ਰਸ ਨੂੰ ਮਾਨਦੇ ਨੇ ਅਬినాਸ਼ੀ ਅਬਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਉਹ ਪ੍ਰਭ ਅਬినాਸ਼ੀ ਹੈ ਸਦੀਵੀ ਹੈ ਕਦੀ ਨਾਸ਼ ਨਹੀਂ ਹੁੰਦਾ ਉਹਦਾ ਅਬਗਤ ਉਹਦੀ ਅਵਸਥਾ ਪਹੁੰਚ ਤੋਂ ਪਰੇ ਹੈ ਉਹ ਸਦਾ ਹੀ ਨਿਤ ਨਵੇਂ ਨੇ ਜ਼ਿੰਦਗੀ ਦੇ ਵਿੱਚ ਨਿਤ ਨਵੇਂ ਤਜਰਬੇ ਹੁੰਦੇ ਨੇ ਨਿਤ ਨਵੇਂ ਨਵੇਂ ਬਰਤਾਰੇ ਵਰਤਦੇ ਨੇ ਉਨਾ ਵਰਤਾਰਿਆਂ ਵਿੱਚੋਂ ਰੱਬ ਸੱਚਾ ਗਿਆਨ ਬਣ ਕੇ ਨਿਤ ਸੋਜੀ ਕਰਵਾਉਂਦਾ ਹੈ ਉਹ ਨਪਤਨ ਹੈ ਨਿਰਮਲਾ ਹੈ ਉਹ ਸੱਚਾ ਗਿਆਨ ਉਹ ਸਿੱਖਿਆ ਉਪਦੇਸ਼ ਰੱਬ ਦੇ ਗੁਣ ਰੱਬ ਦਾ ਸਰੂਪ ਗੁਣ ਨੇ ਰੱਬ ਦਾ ਸਰੂਪ ਸੱਚਾ ਗਿਆਨ ਹੈ ਰੱਬ ਦਾ ਸਰੂਪ ਉਹਦੀਆਂ ਬਖਸ਼ਿਸ਼ਾਂ ਨੇ ਉਹ ਬਖਸ਼ਿਸ਼ਾਂ ਬਣ ਕੇ ਗੁਣ ਬਣ ਕੇ ਸੱਚਾ ਗਿਆਨ ਬਣ ਕੇ ਦਿਦਾਰੇ ਦਿੰਦੇ ਨੇ ਉਹ ਨਾ ਕਦੀ ਗੁਣ ਮਹਿਲੇ ਹੋਣ ਨਾ ਸੱਚਾ ਗਿਆਨ ਮਹਿਲਾ ਹੋਵੇ ਕਿਉਂਕਿ ਨਵਤਨ ਵੀ ਹੈ ਨਵਾਂ ਵੀ ਹੈ ਨਿਰਮਲਾ ਵੀ ਹੈ ਨਾ ਹ ਦੂਰ ਸਦਾ ਹ ਦੂਰ ਠਾਕੁਰ ਦਹ ਦਿਸ ਪੂਰਨ ਸਦ ਸਦਾ ਉਹ ਦੂਰ ਨਹੀਂ ਹੈ ਉਹ ਹਾਜ਼ਰ-ਨਾਜ਼ਰ ਹੈ ਸਦਾ ਹਜ਼ੂਰ ਮਾਲਕ ਹੈ ਸਾਡਾ ਉਹ ਹਰ ਥਾਂ ਤੇ ਦਹ ਦਿਸ ਦੇ ਅਰਥ ਹੈ ਹਰ ਥਾਂ ਤੇ ਪੂਰਨ ਸਦ ਸਦਾ ਸਦਾ ਹੀ ਉਹ ਆਪਣੇ ਆਪ ਵਿੱਚ ਸੰਪੂਰਨ ਹੈ ਫੁੱਲ ਦੇ ਅੰਦਰ ਸ਼ਕਤੀ ਬਣ ਕੇ ਉਹ ਸ਼ਕਤੀ ਜਿਹੜੀ ਰੰਗ ਭਰ ਦਿੰਦੀ ਹੈ, ਸੁਗੰਧੀਆਂ ਭਰ ਦਿੰਦੀ ਹੈ, ਫੁੱਲ ਪੈਦਾ ਕਰ ਦਿੰਦੀ ਹੈ। ਉਹ ਕੁਦਰਤੀ ਸ਼ਕਤੀਆਂ ਬਣ ਕੇ ਹਰ ਥਾਂ ਤੇ ਪੂਰਨ ਹੈ। ਜੋਤ ਬਣ ਕੇ, ਸੱਚਾ ਗਿਆਨ ਬਣ ਕੇ, ਨਿਜ਼ਮ ਬਣ ਕੇ, ਗੁਣ ਬਣ ਕੇ। ਪ੍ਰਾਨਪਤ ਗਤ ਮਤ ਜਾਤੇ ਪ੍ਰਿਆ ਪ੍ਰੀਤ ਪ੍ਰੀਤੰ ਭਾਵੇ। ਉਹ ਪ੍ਰਾਣਾਂ ਦੇ ਪਤੀ ਨੇ। ਉਹਨਾਂ ਦੀ ਗਤ ਮਤ ਉਹਨਾਂ ਦੀ ਅਵਸਥਾ ਹੈ। ਉੱਚੀ ਤੋਂ ਉੱਚੀ ਪਰੇ ਤੋਂ ਪਰੇ ਬਿਆੰਤ ਤੋਂ ਬਿਆੰਤ ਹੈ ਜਿੰਨਾ ਕਿਸੇ ਨੇ ਸਮਝ ਲਿਆ ਓਨਿਕ ਉਸ ਨੂੰ ਜਾਣ ਲਿਆ ਜਿੰਨਾਂ ਦੀ ਉਸ ਨਾਲ ਪ੍ਰੀਤ ਬਣ ਗਈ ਭਾਵੇਂ ਤੋਂ ਰੱਬ ਨੂੰ ਚੰਗੇ ਲੱਗਦੇ ਨੇ ਜਿਹੜੇ ਰੱਬ ਨੂੰ ਚੰਗੇ ਲੱਗਦੇ ਨੇ ਰੱਬ ਉਹਨਾਂ ਨੂੰ ਬਖਸ਼ਿਆ ਦਿੰਦੇ ਨੇ ਨਾਨਕ ਵਖਾਣ ਗੁਰਬਚਨ ਜਾਣੇ ਥੇਰ ਸੰਤਨ ਸੁਹਾਗ ਮਰ ਨਾ ਜਾਵੇ ਨਾਨਕ ਜੀ ਐਕਸਪਲੇਨ ਕਰ ਰਹੇ ਨੇ ਨਾਸਰੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨ ਉਪਦੇਸ਼ ਖੇੜੇ ਮੱਥੇ ਮੰਨਣ ਦੀ ਪ੍ਰੀਤ ਜਾਗਦੀ ਹੈ ਤੇ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਰਾਹੀਂ ਰੱਬ ਦੇ ਨਾਲ ਸਾਂਝ ਪੈਂਦੀ ਹੈ ਜਾਨਣਾ ਹੁੰਦਾ ਹੈ ਸਾਂਝ ਪੈਣੀ ਕਿਸ ਦੇ ਨਾਲ ਜੋ ਥਿਰ ਸੰਤਨ ਸੁਹਾਗ ਹੈ ਜੋ ਰੱਬ ਦੇ ਪਿਆਰਿਆਂ ਦਾ ਪਤੀ ਹੈ ਜੋ ਪਿਆਰ ਕਰਨ ਵਾਲੀਆਂ ਰੂਹਾਂ ਦਾ ਪਤੀ ਹੈ ਨਾਵ ਕਦੀ ਮਰਦਾ ਤੇ ਨਾਮ ਕਦੀ ਜਾਂਦਾ ਏ ਉਹਦੇ ਨਾਲ ਸਾਝ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸੋਚ ਸੁਭਾਅ ਤੇ ਲਾਗੂ ਕਰਕੇ ਖਿਹੜੇ ਮੱਥੇ ਮੰਨਣ ਦੇ ਨਾਲ ਸਾਝ ਬਣਦੀ ਹੈ ਜਾ ਕਹੋ ਰਾਮ ਪਧਾਰ ਤਾਂ ਕਹਿ ਆਨੰਦ ਕਣ ਜਿਨ੍ਹਾਂ ਦੇ ਪਤੀ ਰੋਮ ਰੋਮ ਵਿੱਚ ਬਸੇ ਹੋਏ ਨੇ ਰਾਮ ਜੋ ਹਰ ਥਾਂ ਤੇ ਹਾਜ਼ਰ-ਨਾਜ਼ਰ ਹੈ ਉਹ ਜਦੋਂ ਮਹਿਸੂਸ ਕਰਦੇ ਨੇ ਮੇਰਾ ਪਿਆਰਾ ਮੇਰੇ ਨਾਲ ਹੈ ਜਦੋਂ ਮਹਿਸੂਸ ਕਰਦੇ ਨੇ ਮੇਰਾ ਪਿਆਰਾ ਹਰ ਪਲ ਮੇਰੇ ਲਈ ਰਹਿਮਤਾ ਕਰ ਰਿਹਾ ਹੈ ਮੇਰਾ ਪਿਆਰਾ ਹਰ ਵਕਤ ਮੇਰੇ ਬਾਰੇ ਸੋਚਦਾ ਹੈ ਮੇਰਾ ਪਿਆਰਾ ਹਰ ਵੇਲੇ ਮੈਨੂੰ ਖੁਸ਼ੀਆਂ ਦੇਣਾ ਚਾਹੁੰਦਾ ਹੈ ਮੇਰਾ ਪਿਆਰਾ ਹਰ ਵੇਲੇ ਮੇਰਾ ਮਦਦਗਾਰ ਬਣ ਕੇ ਮੇਰੇ ਰੋਮ-ਰੋਮ ਵਿੱਚ ਇੱਕ ਖੇੜਾ ਪੈਦਾ ਕਰ ਰਿਹਾ ਹੈ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਤਾਂ ਕਹ ਅਨੰਦ ਕਹਣਾ ਉਨ੍ਹਾਂ ਦੇ ਅੰਦਰ ਆਨੰਦ ਹੀ ਆਨੰਦ ਹੁੰਦਾ ਹੈ ਸੁਖਵੰਤੀ ਸਾਨਾਰ ਸ਼ੁਭਾ ਪੂਰਬਣਾ ਨਾਰ ਇਸਤਰੀ ਇਸਤਰੀ ਕਿਹੜੀ ਹੈ ਸੋਚ ਜਿਹਦੀ ਸੋਚ ਰੱਬ ਦੇ ਪਿਆਰ ਵਿੱਚ ਭਿੱਜੀ ਹੋਈ ਹੈ ਰੱਬ ਨੂੰ ਸਮਰਪਿਤ ਹੈ ਡੈਡੀਕੇਟਡ ਹੈ ਫੁਲੀ ਡੈਡੀਕੇਟਡ ਆਤਮ ਸਮਰਪਿਤ ਹੈ ਉਹ ਸੋਚ ਸੁਖਵੰਤੀ ਹੈ ਸੁਖੀ ਹੈ ਉਹਦੀ ਸ਼ੋਭਾ ਪੂਰਬਣਾ ਦੀ ਪੂਰਨ ਵਡਿਆਈ ਹੁੰਦੀ ਹੈ ਉਹ ਹਰ ਇੱਕ ਦੇ ਦਿਲਾਂ ਤੇ ਰਾਜ ਕਰਦੇ ਨੇ ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ ਉਹਨਾਂ ਨੂੰ ਮਾਣ ਮਿਲਦਾ ਹੈ ਸਤਕਾਰ ਮਿਲਦਾ ਹੈ ਮਹਤ ਉਹਨਾਂ ਦੀ ਵਡਿਆਈ ਹੁੰਦੀ ਹੈ ਜਿਹੜੀ ਸੋਚ ਰੱਬ ਦੇ ਪਿਆਰ ਵਿੱਚ ਰੱਬ ਨੂੰ ਸਮਰਪਿਤ ਹੁੰਦੀ ਹੈ ਕਲਿਆਣ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਹੈ ਉਹ ਹਰੀ ਦੇ ਜਸ ਨੂੰ ਮਾਨਦੇ ਨੇ ਹਰੀ ਦੇ ਜਸ ਨੂੰ ਵੰਡਦੇ ਨੇ ਉਹਨਾਂ ਦੇ ਸੁਰਜਨ ਸੋ ਪ੍ਰਭੂ ਉਹ ਪ੍ਰਭੂ ਜੋ ਦੇਵੀ ਗੁਣਾ ਦਾ ਮਾਲਕ ਹੈ ਸੁਰ ਹੁੰਦੇ ਹੈ ਦੇਵੀ ਗੁਣਾ ਵਾਲਾ ਜੀਵਨ ਜਨ ਹੁੰਦੇ ਚਾਕਰ ਜਿਹੜੇ ਨਿਮਰਤਾ ਵਿੱਚ ਗੁਣਾ ਦੇ ਨਾਲ ਚਾਕਰੀ ਕਰਦੇ ਨੇ ਰੱਬ ਦੀ ਰੱਬ ਦੀ ਬਣਾਈ ਦੁਨੀਆ ਦੀ ਚਾਕਰੀ ਉਹਨਾਂ ਦਾ ਮਾਲਕ ਹੈ ਪ੍ਰਭੂ ਉਹ ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਗ ਸੰਗ ਵੱਸਦਾ ਹੈ ਜਿਹੜੇ ਉਸ ਨੂੰ ਅੰਗ ਸੰਗ ਮਹਿਸੂਸ ਕਰਦੇ ਨੇ ਉਹਨਾਂ ਨੂੰ ਮਾਣ ਮਹਤ ਕਲਿਆਣ ਹਰ ਜਸ ਉਹਨਾਂ ਨੂੰ ਮਾਣ ਸਤਕਾਰ ਮਿਲਦਾ ਹੈ ਮਹਤ ਬੜਾਈ ਮਿਲਦੀ ਹੈ ਕਲਿਆਣ ਸ਼ਾਂਤੀ ਮਿਲਦੀ ਉਹ ਹਰੀ ਦੇ ਜਸ ਵਿੱਚ ਭਿੱਜੇ ਰਹਿੰਦੇ ਨੇ ਇਸ ਨੂੰ ਵੰਡਦੇ ਨੇ ਸਰਬ ਸਿੱਧ ਨਵਨੇਧ ਤਿਤ ગ્રਹ ਨਹੀਂ ਊਨਾ ਸਭ ਕਚੂ ਸਮਝ ਲਓ ਉਹਨਾਂ ਦੇ ਸਾਰੇ ਕਾਰਜ ਇਸ ਪਾਸੇ ਤਰਨਦੇ ਸਫਲ ਹੁੰਦੇ ਨੇ ਹਰ ਤਰ੍ਹਾਂ ਦੀ ਨਵ ਨਿਧੀ ਕੁਦਰਤੀ ਸ਼ਕਤੀਆਂ ਦੇ ਵਰਤਾਰੇ ਉਹਦੇ ਪੱਖ ਵਿੱਚ ਵਾਪਰਦੇ ਨੇ ਉਹਦੇ ਪੱਖ ਵਿੱਚ ਮਾਹੌਲ ਬਣਦਾ ਹੈ ਸਮਝ ਲਓ ਉਹਦੇ ਕੋਲੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ ਉਹਨਾਂ ਦੇ ਗ੍ਰਹਿ ਵਿੱਚ ਉਹਨਾਂ ਦੇ ਹਿਰਦੇ ਵਿੱਚ ਰੱਬ ਦੀ ਯਾਦ ਪੈ ਪਾਵਨੀ ਆਤਮ ਸਮਰਪਿਤ ਦੀ ਭਾਵਨਾ ਲਗਨ ਜਜ਼ਬਾ ਬਸਦਾ ਹੈ ਉਹਨਾਂ ਸਭ ਕੁਝ ਇਸਕੇ ਸਭ ਕੁਝ ਅਧੂਰਾ ਹੈ ਉਹਨਾਂ ਦੇ ਅੰਦਰ ਸਭ ਕੁਝ ਸਮਝ ਲਓ ਪ੍ਰਾਪਤ ਹੋ ਗਿਆ ਜ਼ਿੰਦਗੀ ਸਫਲ ਹੋ ਜਾਂਦੀ ਹੈ ਮਧਰਬਾਨੀ ਪਰਹਿਮਾਨੀ ਤੇਰੇ ਸੁਹਾਗ ਤਾਂ ਕਾ ਬਣਾ ਉਹਨਾਂ ਦੇ ਕੋਲ ਮਿੱਠੀ ਬੋਲੀ ਹੁੰਦੀ ਹੈ ਉਹਨਾਂ ਦੇ ਬੋਲ ਅਟਰੈਕਟਿਵ ਹੁੰਦੇ ਨੇ ਉਹਨਾਂ ਦੇ ਬੋਲ ਮੈਗਨੇਟਿਕ ਹੁੰਦੇ ਨੇ ਉਹਨਾਂ ਦੇ ਬੋਲ ਖਿੱਚਦੇ ਨੇ ਉਹਨਾਂ ਦੇ ਬੋਲ ਤਰੰਗਾਂ ਪੈਦਾ ਕਰਦੇ ਨੇ ਤੇ ਇਹ ਬੋਲ ਰੱਬ ਨੂੰ ਬੜੇ ਚੰਗੇ ਲੱਗਦੇ ਨੇ ਕਿਉਂਕਿ ਉਹਨਾਂ ਨੇ ਰੱਬ ਦੀ ਉਹ ਅਟਰੈਕਟਿਵ ਮਿੱਠੀ ਬੋਲੀ ਨੂੰ ਮੰਨਿਆ ਹੈ ਰੱਬ ਦੀ ਮਿੱਠੀ ਬੋਲੀ ਕੁਦਰਤ ਦੇ ਵਰਤਾਰਿਆਂ ਵਿੱਚ ਵੀ ਹੈ ਕੋਇਲ ਦੀ ਬੋਲੀ ਚਿੜੀਆਂ ਦਾ ਚਿੰਚੀ ਕਰਨਾ ਚਰਨਿਆਂ ਦਾ ਚਰਨਿਆਂ ਦੀ ਅਨੋਖੀ ਜੀ ਆਵਾਜ਼ ਜਦੋਂ ਉਸ ਆਵਾਜ਼ ਨੂੰ ਮਹਿਸੂਸ ਕੀਤਾ ਤਾਂ ਇਦਾਂ ਵੀ ਗੁਰਬਾਣੀ ਵਿੱਚ ਕਿਹਾ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਤੇ ਉਹਦੀ ਸਭ ਤੋਂ ਸੌਖੀ ਸਮਝਾਉਣ ਵਾਲੀ ਮਿੱਠੀ ਬੋਲੀ ਉਹ ਹੈ ਗੁਰਬਾਣੀ ਗੁਰਬਾਣੀ ਦੀ ਸਿੱਖਿਆ ਮਾਂ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀ ਵੀ ਬੋਲੀ ਅਟਰੈਕਟਿਵ ਹੋ ਜਾਂਦੀ ਹੈ ਤਰੰਗਾ ਬੰਡਣ ਵਾਲੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਪਤੀ ਪਰਮਾਤਮਾ ਹੁੰਦੇ ਨੇ ਔਰ ਸਦਾ ਸਦੀਵੀ ਨੇ ਨਾਨਕ ਬਖਾਣਾ ਗੁਰਬਚਨ ਜਾਣਾ ਜਾ ਕੋ ਰਾਮ ਪਧਾਰ ਤਾਂ ਕਹਿ ਆਨੰਦ ਕਹਿਣਾ ਨਾਨਕ ਜੀ ਵਿਖਿਆਨ ਕਰਦੇ ਨੇ ਐਕਸਪਲੇਨ ਕਰਦੇ ਨੇ ਦੱਸਦੇ ਨੇ ਭਾਈ ਜੀਨੇ ਗੁਰੂ ਦੇ ਬਚਨਾਂ ਰਾਹੀ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨ ਕੇ ਸੋਚ ਸੁਭਾਅ ਤੇ ਲਾਗੂ ਕਰਕੇ ਪ੍ਰੈਕਟੀਕਲ ਜਿਵੇਂ ਆ ਜਾਣਾਂ ਉਹਨਾਂ ਦੀ ਰੱਬ ਨਾਲ ਸਾਂਝ ਬਣਦੀ ਹੈ। ਉਹ ਰੱਬ ਨੂੰ ਹਾਜ਼ਰ-ਨਾਜ਼ਰ ਸਮਝ ਕੇ ਆਤਮ ਸਮਰਪਿਤ ਹੋ ਕੇ ਆਪਾ ਵਾਰਦੇ ਨੇ। ਕਿਉਂਕਿ ਉਹਨਾਂ ਦੇ ਪਤੀ ਰਾਮ ਉਹਨਾਂ ਨੂੰ ਹਰ ਵੇਲੇ ਅੰਦਰ ਤੇ ਬਾਹਰ ਮਹਿਸੂਸ ਹੁੰਦੇ ਨੇ। ਉਨ੍ਹਾਂ ਦੇ ਅੰਦਰ ਜਿਹੜਾ ਆਨੰਦ ਹੈ ਉਹ ਦੁਨੀਆਂ ਕੋਲ ਨਹੀਂ ਹੈ ਦੁਨੀਆਂ ਤਾਂ ਚਿੰਤਾ ਦੀ ਚਿਖਾ ਵਿੱਚ ਜਿਉ ਰਹੀ ਹੈ ਕਲੇਸ਼ ਦੀ ਅਗਨੀ ਦੇ ਵਿੱਚ ਸੜ ਰਹੀ ਹੈ ਕ੍ਰੋਧ ਦੀਆਂ ਲਾਟਾਂ ਦੇ ਵਿੱਚ ਦੁਖੀ ਹੋ ਰਹੀ ਹੈ ਆਓ ਸਖੀ ਸੰਤ ਪਾਸ ਸੇਵ ਹੱਲਾਗੀ ਹੈ ਏ ਭਾਈ ਆਓ ਗੁਰੂ ਪਾਤਸ਼ਾਹ ਦੇ ਕੋਲ ਆ ਕੇ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਸਾਂਝ ਪਾ ਕੇ ਗੁਰਬਚਨਾਂ ਦੇ ਨਾਲ ਪਿਆਰ ਪਾ ਕੇ ਫਿਰ ਸੁਹਾਗ ਸੇਵਾ ਲੱਗੀ ਹੈ ਗੁਰਬਚਨਾਂ ਦੀ ਸੇਵਾ ਕੀ ਹੈ ਗੁਰੂ ਪਾਤਸ਼ਾਹ ਦੇ ਹੁਕਮ ਮੰਨਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ ਪੀ ਸੌ ਚਰਨ ਪਖਾਰ ਆਪ ਤਿਆਗੀਏ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਚਰਨ ਧੋਨੇ ਕੀ ਹੈ ਉਹਨਾਂ ਉਪਦੇਸ਼ਾਂ ਨੂੰ ਸੁਣਨਾ ਮੰਨਣਾ ਸੁਣ ਕੇ ਮੰਨ ਕੇ ਆਪਣੇ ਮਨ ਦੀ ਵਿਚਾਰਾਂ ਦੀ ਸੋਚਾਂ ਦੀ ਆਦਤਾਂ ਦੀ ਮੈਲ ਉਤਾਰਨੀ ਪੀਸੋਂ ਦੇ ਅਰਥ ਹੈ ਸੇਵਾ ਕਰਨੀ ਆਪਾਵਾਰਨ ਆਪ ਤਿਆਗੀ ਹੈ ਆਪਣੇ ਸੁਖ ਆਰਾਮ ਤਿਆਗ ਕੇ ਦੂਜਿਆਂ ਲਈ ਜਿਉਣਾ ਅਜ ਆਪ ਮਿਟੈ ਸੰਤਾਪ ਆਪ ਨਹ ਜਾਣਾਈਐ ਆਪਣਾ ਆਪ ਛੱਡ ਦੇ ਸੁਭਾਅ ਤੇ ਹੰਕਾਰ ਨਾ ਕਰ ਸੋਚ ਤੇ ਗਮਾਨ ਨਾ ਕਰ ਜਿਹਨੂੰ ਆਪਾ ਭੰਮਟ ਜਾਏਗਾ ਨਾ ਸੋਚ ਨੂੰ ਸੁਭਾਅ ਨੂੰ ਸੰਵਾਰਨ ਦਾ ਹਰ ਪਲ ਇੱਕ ਜਜ਼ਬਾ ਪਿਆਸ ਬਣੇਗੀ ਮਿਟੇ ਸੰਤਾਪ ਮਨ ਦੇ ਅੰਦਰ ਜਿਹੜਾ ਕਲੇਸ਼ ਹੈ ਨਾ ਮਨ ਨੂੰ ਇਹ ਪਾਸਾ ਚੰਗਾ ਨਹੀਂ ਲੱਗਦਾ ਮਨ ਮੰਦਾ ਨਹੀਂ ਹੈ ਇਕਲੇਸ਼ ਮਿਟ ਜਾਏਗਾ ਮਨ ਮੰਨਣ ਲੱਗ ਜਾਏਗਾ ਫਿਰ ਸੁਪਾਨੀ ਜਨ ਆਏਗਾ ਮੈਂ ਕੁਛ ਹਾਂ ਸ਼ਰਨ ਗਹੀ ਜਾਏ ਮਾਨ ਲਈ ਜਾਏ ਕਰੇ ਸੋ ਸੁਖ ਪਾਈਏ ਫਿਰ ਰੱਬ ਦੀ ਸ਼ਰਨ ਲੈਣਾ ਚਾਹੀਦਾ ਹੈ ਗੁਰੂ ਪਾਤਸ਼ਾਹ ਦੀ ਸ਼ਰਨ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਦੀ ਸ਼ਰਨ ਪੈਣ ਦੇ ਅਰਥ ਹੈ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਖਿਹੜੇ ਮੱਥੇ ਮੰਨਣਾ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਮੰਨ ਕੇ ਇੱਕ ਗੁਣਾ ਵਾਲਾ ਜੀਵਨ ਜਿਉਣਾ ਤੇ ਇਸ ਸ਼ੁਕਰਾਨੇ ਵਿੱਚ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਗੁਣ ਦਿੱਤੇ ਨੇ ਗੁਰੂ ਪਾਤਸ਼ਾਹ ਦਾ ਸਾਡੇ ਤੇ ਕਰਜ਼ਾ ਹੈ ਤੇ ਗੁਰੂ ਦੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਵਾਰਨਾ ਇਹ ਗੁਰੂ ਦੀ ਸ਼ਰਨ ਲੈਣਾ ਹੈ ਰੱਬ ਦੀ ਸ਼ਰਨ ਲੈਣਾ ਹੈ ਉਹਦੀ ਪੈ ਭਾਵਨੀ ਵਿੱਚ ਉਹਦੇ ਸੱਚੇ ਗਿਆਨ ਦੀ ਰੋਸ਼ਨੀ ਦੇ ਵਿੱਚ ਜੀਵਨ ਜਿਉਣਾ ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਕੁਝ ਕਰਨਾ ਸ਼ਰਨ ਗਹੀ ਜਾਏ ਮਾਨ ਲਈ ਜਾਏ ਉਹਦੇ ਉਪਦੇਸ਼ਾਂ ਨੂੰ ਖਿੜੇ ਮੱਥੇ ਮੰਨਣਾ ਕਰੇ ਸੋ ਸੁਖ ਪਾਈ ਹੈ ਜੋ ਇਸ ਤਰ੍ਹਾਂ ਕਰੇਗਾ ਉਹਨੂੰ ਆਤਮਿਕ ਸੁਖ ਸੰਤੁਸ਼ਟੀ ਸ਼ੁਕਰਾਨਾ ਮਿਲਦਾ ਹੈ ਕਰਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰਹਿਣ ਜਾਗੀਏ ਜਿਹੜੇ ਦਾਸਾਂ ਦੇ ਦਾਸ ਭਾਵ ਨਿਮਰਤਾ ਵਿੱਚ ਜਿਉਂਦੇ ਨੇ। ਅਜ ਅਦਾਸੀ ਉਹ ਚਿੰਤਾਵਾਂ ਝੋਰਿਆਂ ਫਿਕਰਾਂ ਵਿੱਚ ਨਹੀਂ ਜਿਉਂਦੇ ਅੰਦਰੋਂ ਚਿੰਤਾ ਫਿਕਰ ਕੱਢ ਦਿੰਦੇ। ਉਹ ਹੱਥ ਜੋੜ ਕੇ ਭਾਵ ਸੁਚੇਤ ਹੋ ਕੇ ਰੱਬ ਦੇ ਅੱਗੇ ਝੁਕਦੇ ਨੇ ਦਿਨ ਰਾਤ ਜਾਗੀ ਹੈ ਅੰਦਰੋਂ ਸੁਚੇਤ ਹੁੰਦੇ ਨੇ। ਨਾਨਕ ਵਖਾਣਾ ਗੁਰਬਚਨ ਜਾਣ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਨਾਨਕ ਜੀ ਦੱਸ ਰਹੇ ਨੇ ਵਿਖਿਆਨ ਕਰ ਰਹੇ ਨੇ। ਜੋ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਖਿਹੜੇ ਮੱਥੇ ਮੰਨ ਕੇ ਰੱਬ ਦੇ ਨਾਲ ਸਾਂਝ ਪਾਉਂਦੇ ਨੇ ਭਾਈ ਆਓ ਆਪਾਂ ਵੀ ਗੁਰੂ ਪਾਤਸ਼ਾਹ ਦੇ ਕੋਲ ਇਸ ਸੇਵਾ ਵਿੱਚ ਲੱਗੀਏ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਮੰਨੀਏ ਗੁਰੂ ਦੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਵਾਰੀਏ ਜਾ ਕਹਿ ਮਸਤਕ ਭਾਗ ਇਸੇ ਸੇਵਾ ਲਾਇ ਮੱਥੇ ਦੇ ਭਾਗੀ ਹੈ ਸੋਚ ਜਿਨ੍ਹਾਂ ਦੀ ਸੋਚ ਗੁਰੂ ਪਾਤਸ਼ਾਹ ਦੀ ਗੁਰਮਤ ਵਾਲੀ ਸੋਚ ਬਣ ਗਈ ਗੁਰੂ ਸਾਹਿਬ ਉਹਨਾਂ ਨੂੰ ਸੇਵਾ ਵਿੱਚ ਲਾ ਲੈਂਦੇ ਨੇ ਸੇਵਾ ਦੀ ਦਾਤ ਬਖਸ਼ਦੇ ਨੇ ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ ਜਦੋਂ ਉਹ ਗੁਰੂ ਪਾਤਸ਼ਾਹ ਦੀ ਸੰਗਤ ਕਰਦੇ ਨੇ ਗੁਰੂ ਪਾਤਸ਼ਾਹ ਦਾ ਇਤਿਹਾਸ ਗੁਰੂ ਪਾਤਸ਼ਾਹ ਦਾ ਜੀਵਨ ਖਾਲਸੇ ਦਾ ਇਤਿਹਾਸ ਗੁਰਬਾਣੀ ਨੂੰ ਜਦੋਂ ਸਮਝਦੇ ਨੇ ਤਾਂ ਉਹਨਾਂ ਦੇ ਅੰਦਰ ਇੱਕ ਆਸ ਮੰਦੀ ਇੱਛਾ ਬਣਦੀ ਹੈ ਕੌਮ ਦੇ ਲਈ ਆਪਾ ਵਾਰਨ ਦੀ ਗੁਰੂ ਪਾਤਸ਼ਾਹ ਦੇ ਉਪਦੇਸ਼ ਖੜੇ ਮੱਥੇ ਮੰਨਣ ਦੀ ਫਿਰ ਇਹ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ ਸਾਧ ਸੰਗ ਹਰ ਕੈ ਰੰਗ ਗੋਵਿੰਦ ਦਾ ਸਿਮਰਨ ਲਾਗੇ ਆ ਇੱਕ ਗੁਰੂ ਪਾਤਸ਼ਾਹ ਦੀ ਸੰਗਤ ਦੇ ਵਿੱਚੋਂ ਰੱਬ ਦਾ ਪਿਆਰ ਰੱਬ ਦੇ ਪਿਆਰ ਦਾ ਰੰਗ ਲੱਗਦਾ ਹੈ ਉਹਦੇ ਵਿੱਚੋਂ ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਅੰਦਰ ਜਾਗ ਪੈਂਦਾ ਹੈ ਮਨ ਇਸ ਪਾਸੇ ਲੱਗ ਜਾਂਦਾ ਹੈ ਸਿਮਰਨ ਲਾਗੇ ਆ ਭਰਮ মোহ ਵਿਕਾਰ ਦੂਜਾ ਸਗਲ ਤਿਨਹ त्यागਿਆ ਉਹਨਾਂ ਦੇ ਅੰਦਰ ਪਰਮ ਪ੍ਰੇਖਾ ਪਰਮ ਕੀ ਹੈ ਜਿੱਥੇ ਲੈਕ ਆਫ ਕਲੈਰਿਟੀ ਹੈ ਗਲੈਰਿਟੀ ਨਹੀਂ ਹੈ ਮੈਂ ਕਰ ਕੀ ਰਿਹਾ ਇਹਦਾ ਰਿਜ਼ਲਟ ਕੀ ਹੈ ਕਿਧਰ ਨੂੰ ਜਾ ਰਿਹਾ ਗਲੈਸ਼ਟੀ ਨਹੀਂ ਹੈ ਸਮਝ ਹੀ ਨਹੀਂ ਹੈ ਕਿਹੜੇ ਬੋਲਾਂ ਦੇ ਨਾਲ ਕਲੇਸ਼ ਛੇੜਦੇ ਨੇ ਕਿਹੜੇ ਬੋਲਾਂ ਦੇ ਨਾਲ ਘਰ ਨਰਕ ਬਣਦਾ ਹੈ ਕਿਉਂ ਕਿਉਂਕਿ ਮੋਹ ਦੇ ਵਿੱਚ ਫਸੇ ਹੋਏ ਨੇ ਬੇਕਾਰੀ ਸੁਭਾਅ ਇਹ ਦੂਜੇ ਪਾਸੇ ਵਿੱਚ ਮਨ ਉਲਝ ਗਿਆ ਇਹ ਸਾਰਾ ਕੁਝ ਫਿਰ ਛੱਡ ਦਿੱਤਾ ਪਰਮ ਨਿਕਲ ਗਿਆ ਮੋਹ ਨਿਕਲ ਗਿਆ ਗੁਰੂ ਦੀ ਕਾਮ ਦਾ ਪਿਆਰ ਜਾਗ ਪਿਆ ਗੁਣ ਜਾਗ ਪਏ ਮਨ ਸ਼ਾਂਤ ਸਹਿਜ ਸੁਭਾਉ ਵੂਠਾ ਆਨੰਦ ਮੰਗਲ ਗੁਣ ਗਾਇਆ ਮਨ ਦੇ ਵਿੱਚ ਬਖਸ਼ਿਸ਼ ਹੋ ਗਈ ਮਨ ਵਿੱਚ ਸ਼ਾਂਤੀ ਸੰਤੁਸ਼ਟੀ ਸ਼ੁਕਰਾਨਾ ਆਨੰਦ ਵਸ ਗਿਆ ਅੰਦਰ ਸਹਿਜ ਆ ਗਿਆ ਸੁਭਾਉ ਦੇ ਅਰਥ ਹੈ ਗੂੜੀ ਪ੍ਰੀਤ ਮਨ ਵਿੱਚ ਵਸ ਗਈ ਵੂਠਾ ਹਿਰਦਾ ਖਿੜ ਗਿਆ ਹਿਰਦੇ ਦਾ ਘਰ ਵਸ ਗਿਆ ਅੰਦਰ ਆਨੰਦ ਮੰਗਲ ਆਨੰਦ ਖੁਸ਼ੀਆਂ ਫਿਰ ਗੁਨਾ ਵਾਲਾ ਜੀਵਨ ਜਿਹਾ ਗੁਨਾ ਦੇ ਸ਼ੁਕਰਾਨੇ ਵਿੱਚ ਗੁਨਾ ਨੂੰ ਪਰਪਕਾਰ ਲਈ ਵਰਤਿਆ ਨੂੰ ਕਹਿੰਦੇ ਨੇ ਗੁਣਗਾਇਆ ਜੀਵਨ ਪਰਪਕਾਰੀ ਬਣ ਗਿਆ ਨਾਨਕ ਵਖਾਣ ਗੁਰਬਚਨ ਜਾਣੇ ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ ਨਾਨਕ ਜੀ ਸਮਝਾ ਰਹੇ ਨੇ ਵਖਿਆਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ ਰੱਬ ਦੇ ਨਾਲ ਸਾਂਝ ਪਾਈ ਕਿਹਨਾਂ ਨੇ ਜਿਨ੍ਹਾਂ ਦੀ ਸੋਚ ਦਾ ਭਾਗ ਹਿੱਸਾ ਮਸਤਕ ਭਾਗ ਗਰਮਤ ਵਾਲੀ ਸੋਚ ਬਣ ਗਈ ਗੁਰਪਾਥੀਆ ਨੇ ਉਹਨਾਂ ਨੂੰ ਸੇਵਾ ਵਿੱਚ ਲਾ ਲਿਆ ਪਰਪਕਾਰੀ ਬਣਾ ਦਿੱਤਾ ਆਸਾ ਮਹੱਲਾ ਪੰਜਵਾਂ ਆਸਾ ਰاگ ਦੇ ਵਿੱਚ ਗੁਰਾਜੰਨ ਦੇ ਪਾਤਸ਼ਾਹ ਜੀ ਦਾ ਅਗਲਾ ਛੰਤ ਹੈ ਉਸ ਤੋਂ ਪਹਿਲਾ ਸ਼ਲੋਕ ਹੈ ਸ਼ਲੋਕ ਹਰ ਹਰ ਨਾਮ ਜਪਨਤੇ ਆ ਕਛ ਨਾ ਕਹ ਜਮ ਕਾਲ ਰੱਬ ਦਾ ਨਾਮ ਜੇ ਜਪਣਾ ਆ ਜਾਵੇ ਇੱਕ ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਹਰ ਵੇਲੇ ਜਿਉਣਾ ਇਹ ਨਾਮ ਜਪਣਾ ਹੈ ਇਹ ਕਿ ਰੱਬ ਦੇ ਗਿਆਨ ਰੂਪੀ ਨਾਮ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਖਿਹੜੇ ਮੱਥੇ ਜ਼ਿੰਦਗੀ 'ਚ ਮੰਨਣਾ ਤੇ ਜ਼ਿੰਦਗੀ ਜਿਉਣਾ ਇਹ ਵੀ ਨਾਮ ਨੂੰ ਜਪਣਾ ਹੈ। ਰੱਬ ਦੀ ਬਣਾਈ ਕੁਦਰਤ ਦੇ ਵਿੱਚ ਜਿਹੜੀਆਂ ਕੁਦਰਤੀ ਸ਼ਕਤੀਆਂ ਨੇ ਨੇਚਰਲ ਫੋਰਸਸ ਨੇ। ਉਹ ਰੱਬ ਦਾ ਨਿਜ਼ਮ ਹੈ। ਉਸ ਵਿੱਚੋਂ ਨਿਜ਼ਮ ਨੂੰ ਸਮਝਣਾ ਤੇ ਉਸ ਨਿਜ਼ਮ ਨੂੰ ਫੋਲੋ ਕਰਨਾ ਇਹ ਨਾਮ ਨੂੰ ਜਪਣਾ ਹੈ। ਫਿਰ ਵਿਕਾਰਾਂ ਰੂਪੀ ਜੰਮ ਇਹ ਹਮਲਾ ਨਹੀਂ ਕਰਨਗੇ। ਇਹ ਉਲਝਾ ਕੇ ਜ਼ਿੰਦਗੀ ਨੂੰ ਮਿਸ਼ਨ ਤੋਂ ਨਹੀਂ ਥੋੜਨਗੇ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਹੈ ਨਾਨਕ ਜੀ ਮਨ ਤੇ ਤਨ ਵਿੱਚ ਸੰਤੁਸ਼ਟੀ ਸ਼ੁਕਰਾਨਾ ਆਨੰਦ ਵਸ ਜਾਂਦਾ ਤੇ ਅਖੀਰ ਰੱਬੀ ਮਿਲਾਪ ਦੀ ਪ੍ਰਾਪਤੀ ਹੁੰਦੀ ਹੈ ਮਹਿਸੂਸ ਹੁੰਦਾ ਰੱਬ ਮੇਰੇ ਹਾਜ਼ਰ ਨਾਜ਼ਰ ਹੈ ਛੰਤ ਅਗੋਂ ਛੰਤ ਹੈ 6-6 ਪੰਕਤੀਆਂ ਦਾ ਇੱਕ ਪਦਾ 4 ਪੰਦਿਆਂ ਦਾ ਪੂਰਾ ਸ਼ਬਦ ਹੈ ਮਿਲਾਉ ਸੰਤਨ ਕੈ ਸੰਗ ਮੋਹ ਉਦਾਹਰਣ ਲੇਹੋ ਏ ਰੱਬ ਜੀ ਏ ਭਾਈਕਰ ਜੀ ਮੇਰੇ ਤੇ ਕਿਰਪਾ ਕਰੋ ਮੈਂ ਗੁਰੂ ਸਹਿਬਾਨਾ ਨੂੰ ਗੁਰਬਾਣੀ ਦੇ ਰਚਨਹਾਰਿਆਂ ਨਾਲ ਮੇਰਾ ਮਿਲਾਪ ਹੋਵੇ ਭਾਵ ਮੈਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਮੰਨਣ ਦਾ ਚਾਅ ਜਾਜ ਪਵੇ ਤੇ ਮੈਂ ਸੰਸਾਰ ਦੇ ਵਿੱਚੋਂ ਡੁੱਬਣ ਤੋਂ ਬਚ ਜਾਵਾਂ ਚਿੰਤਾ ਵਿੱਚ ਦੁੱਖਾਂ ਵਿੱਚ ਉਲਝਣਤਾਣੀ ਵਿੱਚ ਨਫ਼ਰਤ ਵਿੱਚ ਡੁੱਬਣ ਤੋਂ ਬਚ ਜਾਵਾਂ ਨਿੰਦਾ ਚੁਗਲੀ ਦੇ ਰਸਾਂ ਵਿੱਚ ਚਾਪਲੂਸੀਆਂ ਦੇ ਵਿੱਚ ਚੁਸਤ ਇਲਾਕਿਆਂ ਦੇ ਰਸਾਂ ਵਿੱਚ ਡੁੱਬਣ ਤੋਂ ਬਚ ਜਾਵਾਂ ਮੈਨੂੰ ਬਚਾ ਲਓ ਵਾਹਿਗੁਰੂ ਜੀ ਕਿਰਪਾ ਕਰਦੇ ਹੋ ਬਿਨੋ ਕਰੋਂ ਕਰ ਜੋੜ ਹਰ ਹਰ ਨਾਮ ਦੇ ਮੈਂ ਬੇਨਤੀ ਕਰਦਾ ਹਾਂ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਤੁਹਾਡਾ ਨਾਮ ਬਖਸ਼ ਦਿਓ ਗਿਆਨ ਰੂਪੀ ਨਾਮ ਵੀ ਖੜੇ ਮੱਥੇ ਜ਼ਿੰਦਗੀ ਜਿਉਵਾਂ ਧਿਆਨ ਰੂਪੀ ਨਾਮ ਤੁਹਾਡੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਦਾਸ ਵੇਜਿਆ ਤੇ ਨਿਜ਼ਮ ਰੂਪੀ ਨਾਮ ਰੱਬ ਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਵਿੱਚੋਂ ਨਿਜ਼ਮ ਨੂੰ ਸਮਝਾਂ ਤੇ ਨਿਜ਼ਮ ਨੂੰ ਫੋਲੋ ਕਰਾਂ ਹਰ ਨਾਮ ਮੰਗਾਂ ਚਰਨ ਲਾਗਾਂ ਮਾਨ ਤਿਆਗਾਂ ਤੁਮ ਦਇਆ ਮੇਰੇ ਤੇ ਦਇਆ ਕਰੋ ਮੈਂ ਨਾਮ ਮੰਗਦਾ ਰਹਾ ਤੁਹਾਡੇ ਰੱਬੀ ਉਪਦੇਸ਼ ਤੇ ਗੁਣਾ ਰੂਪੀ ਚਰਨਾਂ ਦੇ ਲੜ ਲੱਗਾ ਮਾਨ ਗਮਾਨ ਤਿਆਗ ਦੇ ਮਾਂ ਮੇਰੇ ਤੇ ਕਿਰਪਾ ਕਰੋ ਕਤ ਹੂੰ ਨਾ ਤਾਵਾਂ ਸ਼ਰਨ ਪਾਵਾਂ ਕਾਰਣਾ ਮੈਂ ਪ੍ਰਭ ਕਰਮਿਆ ਤਰਸ ਰੂਪੀ ਤਰਸ ਦਾ ਰੂਪ ਪ੍ਰਭੂ ਜੀ ਮੇਰੇ ਤੇ ਮਾਇਆ ਜਿੱਥੇ ਮੰਮੇ ਨੂੰ ਕੰਨਾ ਹੁੰਦਾ ਹੈ ਉਹਦੇ ਅਰਥ ਮਾਇਆ ਹੁੰਦਾ ਰੋਂਗ ਅਟੈਂਸ਼ਨ ਜਿੱਥੇ ਮੰਮਾ ਮੁਕਤਾ ਹੋਵੇ ਉਹਦੇ ਅਰਥ ਕਿਰਪਾ ਹੁੰਦੀ ਹੈ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਤਰਸ ਕਰੋ ਮੈਂ ਤੁਹਾਡੀ ਸ਼ਰਨ ਪਵਾਂ ਤੁਹਾਨੂੰ ਸਮਰਪਿਤ ਹੋ ਕੇ ਜੀਵਨ ਜਿਊਮਾਂ ਕਤੂ ਨਾ ਤਾਵਾਂ ਹੋਰ ਇਧਰ ਉਧਰ ਨਾ ਪਟਕਾਂ ਸਮਰੱਥ ਅਗਥ ਅਪਾਰ ਨਿਰਮਲ ਸੁਣੋ Swami ਬਿਨੋ ਇਹ ਹੇ ਸਰਬ ਸਮਰਥ ਪ੍ਰਭੂ ਜੀ ਪਉਂਚ ਤੋ ਪਰੇ ਬਿਆੰਤ ਨਿਰਮਲ ਮੇਰੇ ਮਾਲਕ ਜੀਓ ਮੇਰੀ ਬੇਨਤੀ ਸੁਣੋ ਜੀ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਦੋਨੋ ਹੱਥ ਜੋੜ ਕੇ ਇੱਕ ਦਾਨ ਮੰਗਦਾ ਹਾਂ ਕਿ ਮੇਰੇ ਅੰਦਰ ਜਿਹੜਾ ਔਗਣਾ ਦਾ ਜਨਮ ਹੁੰਦਾ ਏ ਗੁਣਾ ਦੀ ਮੌਤ ਹੁੰਦੀ ਏ ਇਹ ਮੇਰੇ ਅੰਦਰ ਜਨਮ ਮਰਨ ਮਿਟਾ ਦਿਓ ਗੁਨਾ ਵਾਲਾ ਜੀਵਨ ਜਿਉਮਾ ਗੁਨਾ ਵਿੱਚ ਹੀ ਜਿਉਮਾ ਗੁਨਾ ਵਿੱਚ ਹੀ ਰਹਾ ਗੁਨਾ ਵਿੱਚ ਮਰ ਜਾਵਾਂ ਅੰਦਰ ਔਗਣ ਪੈਦਾ ਹੀ ਨਾ ਹੋਣ ਔਗਣਾਂ ਦੀ ਬਿਰਤੀ ਨਾ ਪੈਦਾ ਹੋਵੇ ਅੰਦਰਲਾ ਜਨਮ ਮਰਨ ਮੇਰਾ ਨਿਵਾਰ ਦਿਓ ਅਪਰਾਧੀ ਮਤਹੀਣ ਨਿਰਗੁਣ ਅਨਾਥ ਨੀਚ ਇਤਿਮ ਬੇਨਤੀ ਕਰਾਂ ਇਹ ਗੁਰੂ ਪਾਤਸ਼ਾਹ ਦੀਆਂ ਦਾ ਜੀਵਨ ਨਹੀਂ ਇਹ ਤਾਂ ਸਾਨੂੰ ਸਿਖਾਇਆ ਗਿਆ ਹੈ ਅਸੀਂ ਅਪਰਾਧੀ ਹਾਂ ਅਪਰਾਧ ਕਰਦੇ ਹਾਂ ਮਤ ਤੋਂ ਸਖਣੇ ਹਾਂ ਸਾਡੀ ਮਤ ਹੋਛੀ ਹੈ ਗੁਨਾ ਤੋਂ ਸਖਣੇ ਹਾਂ ਨਿਰਗੁਣਿਆਰੇ ਹਾਂ ਅਸੀਂ ਆਪਣੇ ਮਾਲਕ ਤੋਂ ਟੁੱਟਦੇ ਹਾਂ ਅਨਾਥ ਹਾਂ ਅਸੀਂ ਦੁਨਿਆਵੀ ਪ੍ਰਾਪਤੀਆਂ ਨੂੰ ਆਪਣਾ ਮਾਲਕ ਬਣਾ ਲਿਆ ਸਾਡੀ ਸੋਚ ਨੀਮੀ ਹੈ ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਸੱਠ ਬਿਕਾਰੀ ਹਾਂ ਅਸੀਂ ਕਠੋਰ ਪੱਥਰ ਦਿਲ ਹਾਂ ਤਰਸ ਤੋਂ ਸਖਣੇ ਹਾਂ ਕੁਲ ਹੀਣ ਸਾਡੀ ਅਵਸਥਾ ਉੱਚੀ ਨਹੀਂ ਨੀਮੀ ਜਾਤ ਦੇ ਹਾਂ ਸੀ ਨੀਮੀ ਸੋਚ ਵਾਲੇ ਹਾਂ ਕੀਚ ਹੁੰਦਾ ਕੀਚੜ ਚਿੱਕੜ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਆਪਣੇ ਬੱਚਿਆਂ ਬਾਰੇ ਇਸ ਤੋਂ ਉੱਪਰ ਕੁਝ ਦਿਸਦਾ ਹੀ ਨਹੀਂ ਅਸੀਂ ਸੈਲਫਿਸ਼ ਹੋ ਗਏ ਸਾਡੀ ਸੋਚ ਇੱਕ ਖੋਦੇ ਡੱਡੂ ਵਾਲੀ ਬਣ ਗਈ ਹੈ ਮਾਲ ਭਰਮ ਕਰਮ ਅਹੰਮ ਮਮਤਾ ਮਰਨ ਚੀਤਨਾ ਆਵੇ ਸਾਡੇ ਅੰਦਰ ਭਰਮ ਹੈ ਸਾਡੇ ਕਰਮਾਂ ਵਿੱਚ ਹੰਕਾਰ ਅਸੀਂ ਆਪਣੇ ਕਰਮਾਂ ਦਾ ਹੰਕਾਰ ਕਰਦੇ ਹਾਂ ਅਸੀਂ ਮੋਹ ਦੀ ਮਮਤਾ ਵਿੱਚ ਮਰਨਾ ਵੀ ਭੁੱਲ ਗਏ ਹਾਂ ਇਹ ਮੌਤ ਭੁੱਲਣ ਕਰਕੇ ਜੀਵਨ ਦੀ ਵੈਲਿਊ ਵਿਸਾਰੀ ਬੈਠੇ ਹਾਂ ਅੰਦਰ ਇਨ੍ਹਾਂ ਆਦਤਾਂ ਦੀ ਮੈਲ ਲੱਗੀ ਹੋਈ ਹੈ ਬਨਤਾ ਬਨੋਦ ਆਨੰਦ ਮਾਇਆ ਅਗਿਆਨ ਤਾਲਬਟਾਵੇ ਬਨਤਾ ਬਨੋਦ ਇਸ ਤ੍ਰੀ ਵਿਨੋਦ ਹੁੰਦਾ ਖੁਸ਼ੀਆਂ ਯਾਨੀ ਐਸ਼ੋ ਇਸ਼ਰਤ ਮੰਨਣੀ ਦੁਨਿਆਵੀ ਅਰਾਸ ਮੰਨਣੀ ਇਹ ਰੋਂਗ ਅਟੈਂਸ਼ਨ ਦੀ ਮਾਇਆ ਅੰਦਰ ਕਲੈਰਟੀ ਨਹੀਂ ਹੈ ਅੰਦਰ ਲੈਕ ਆਫ ਕਲੈਰਟੀ ਲੈਕ ਆਫ ਨੌਲੇਜ ਅਗਿਆਨਤਾ ਹੈ ਇਹਦੇ ਵਿੱਚ ਫਸੇ ਹੋਏ ਆ ਖਿੱਸਾ ਜੋ ਬਨ ਬਧਾ ਜਰੂਆ ਦਿਨ ਨਿਹਾਰੇ ਸੰਗ ਮੀਚ ਅੰਦਰ ਜਵਾਨੀ ਜੋਸ਼ ਘਟਦਾ ਜਾ ਰਿਹਾ ਹੈ ਬਡੇਪਾ ਵੱਧਦਾ ਜਾ ਰਿਹਾ ਹੈ ਭਾਬ ਰੱਬ ਵਾਲੇ ਪਾਸੇ ਤੁਰਨ ਦਾ ਜਜ਼ਬਾ ਘਟ ਰਿਹਾ ਹੈ ਤੇ ਉਧਰ ਨੂੰ ਰੋਕਣ ਦੀ ਉਲਝਣ ਤਾਨੀ ਵੱਧ ਰਹੀ ਹੈ ਨਿਤ ਹੀ ਮੀਚ ਹੁੰਦਾ ਮੌਤ ਮੌਤ ਸਾਨੂੰ ਜੋ ਰਹੀ ਹੈ ਪਤਾ ਨਹੀਂ ਕਦੋਂ ਆ ਜਾਵੇ ਸਾਨੂੰ ਜੀਵਨ ਦੀ ਸਮਝ ਨਹੀਂ ਪੈ ਰਹੀ ਜੀਵਨ ਦੀ ਵੈਲਿਊ ਨਹੀਂ ਪਤਾ ਲੱਗੀ ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਖ ਨੀਚ ਹੇ ਪ੍ਰਭੂ ਜੀ ਬੇਨਤੀ ਹੈ ਤੁਹਾਡੇ ਤੇ ਹੀ ਆਸ ਹੈ ਤੁਹਾਡੀ ਹੀ ਸ਼ਰਨ ਪੈ ਰਹੇ ਹਾਂ ਤੁਸੀਂ ਸਾਨੂੰ ਨੀਮੀ ਸੋਚ ਨੀਵੇਂ ਸੁਭਾਅ ਵਾਲਾ ਨੂੰ ਰੱਖ ਲਓ ਗੁਰੂ ਦਾ ਸੰਗ ਬਖਸ਼ ਦਿਓ ਗੁਰੂ ਪਾਤਸ਼ਾਹ ਦੇ ਉਪਦੇਸ਼ ਖਿਹੜੇ ਮਨ ਤੇ ਮੰਨਣ ਦੀ ਸੋਝੀ ਜਜ਼ਬਾ ਪਿਆਰ ਦੇ ਦਿਓ ਪਰਮੇ ਜਨਮ ਅਨੇਕ ਸੰਕਟ ਮਹਾ ਜੂਨ ਕਿੰਨੇ ਵਾਰੀ ਅਣਗਿਣਤ ਵਾਰੀ ਅੰਦਰ ਕਰੋਧ ਦਾ ਜਨਮ ਹੋਇਆ ਅਣਗਿਣਤ ਵਾਰੀ ਕਿਸੇ ਨਾ ਕਿਸੇ ਪ੍ਰਤੀ ਨਫ਼ਰਤ ਦਾ ਜਨਮ ਹੋਇਆ ਪਤਾ ਨਹੀਂ ਕਿੰਨੇ ਵਾਰੀ ਅੰਦਰ ਹੰਕਾਰ ਗਮਾਨ ਵਿਖਾਵੇ ਦਾ ਜਨਮ ਹੋਇਆ ਪਤਾ ਨਹੀਂ ਕਿੰਨੇ ਇੱਕ ਵਾਰੀ ਨਿੰਦਾ ਚੁਗਲੀ ਦੇ ਰਸਾਂ ਦਾ ਜਨਮ ਹੋਇਆ अनेका ਜਨਮ ਅੰਦਰ ਉਸ ਨੇ ਐਸਾ ਪਰਮਾ ਲਿਆ ਅੰਦਰ ਇੱਕ ਐਸਾ ਸੰਕਟ ਪੈਦਾ ਹੋ ਗਿਆ ਨਿਤ ਗੁਣ ਮਰਦੇ ਨੇ ਇਹ ਜਨਮ ਮਰਨ ਅੰਦਰ ਚੱਲ ਰਿਹਾ ਲਪਟ ਰਹੇ ਉਹ ਤਹ ਸੰਗ ਮਿੱਠੇ ਭੋਗ ਸੋਣ ਉਹਦੇ ਵਿੱਚ ਲਪਟੇ ਹੋਏ ਹਾਂ ਸੀ ਆ ਰਸ ਮਿੱਠੇ ਲੱਗ ਰਹੇ ਨੇ ਸੋਨਾ ਸੋਨਾ ਧਨ ਪਦਾਰਥ ਦੁਨਿਆਵੀ ਪ੍ਰਾਪਤੀਆਂ ਹੀ ਉਲਝਾਈ ਬੈਠੀਆਂ ਨੇ ਭ੍ਰਮਤ ਭਾਰ ਅਗਨਤ ਆਇਓ ਬਹੁ ਪਰਦੇਸਾਂ ਧਾਇਓ अनेका ਤਰ੍ਹਾਂ ਦੇ ਪਰਮਪਲੇਖਿਆਂ ਦੇ ਭਾਰ ਵਿੱਚ ਅਸੀਂ ਦੱਬ ਗਏ ਹਾਂ ਉਲਝ ਗਏ ਹਾਂ ਮਨ ਹਮੇਸ਼ਾ ਪਰਦੇਸ ਵਿੱਚ ਜਿਉਂਦਾ ਹੈ ਨਿਮਰਤਾ ਸਾਡਾ ਦੇਸ਼ ਹੈ ਮਨ ਹੰਕਾਰ ਰੂਪੀ ਪਰਦੇਸ 'ਚ বাসਦਾ ਹੈ ਸੱਚਾ ਪ੍ਰੇਮ ਸੱਚੀ ਸਾਂਝ ਸਾਡਾ ਆਪਣਾ ਦੇਸ਼ ਹੈ ਮਨ ਨਫਰਤ ਦੇ ਪ੍ਰਦੇਸ਼ ਵਿੱਚ ਵਸ ਰਿਹਾ ਹੈ ਗੁਣ ਸਾਡਾ ਆਪਣਾ ਦੇਸ਼ ਹੈ ਮਨ ਔਗਣਾ ਦੇ ਪ੍ਰਦੇਸ਼ ਵਿੱਚ ਵਸ ਰਿਹਾ ਹੈ ਸਿੱਖੀ ਗੁਰਮਤ ਗੁਰਬਾਣੀ ਸਾਡਾ ਆਪਣਾ ਦੇਸ਼ ਹੈ ਮਨ ਇਸ ਦੇ ਉਲਟ ਪ੍ਰਦੇਸ਼ ਵਿੱਚ ਭੱਜਦਾ ਹੈ ਬਾਰ-ਬਾਰ ਅਬ ਓਟ ਤਾਰੀ ਪ੍ਰਭ ਮੋਹਾਰੀ ਸਰਬ ਸੁਖ ਹਰਨਾਇਓ ਏ ਵਾਹਿਗੁਰੂ ਜੀ ਹੁਣ ਤੁਹਾਡੀ ਓਟ ਤਾਰਨ ਕੀਤੀ ਹੈ ਜਦੋਂ ਤੁਹਾਡੀ ਓਟ ਤਾਰਨ ਕੀਤੀ ਰੱਬ ਦਾ ਨਾਮ ਮਿਲਿਆ ਤਾਂ ਅੰਦਰ ਉਸ ਰੱਬ ਦੇ ਨਾਮ ਦੇ ਨਾਲ ਸੰਤੁਸ਼ਟੀ ਸ਼ੁਕਰਾਨਾ ਉਹ ਆਤਮਿਕ ਸੁਖ ਮਿਲ ਗਿਆ ਉਹਦੇ ਤੋਂ ਬਿਨਾ ਇਹ ਸੁਖ ਦੀ ਪ੍ਰਾਪਤੀ ਨਹੀਂ ਰੱਖਣ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੂੰ ਹੇ ਰੱਖਣ ਹਾਰ ਮੇਰੇ ਪ੍ਰਭੂ ਪਿਆਰੇ ਜੀਓ ਮੇਰੇ ਤੋਂ ਨਾ ਕੁਛ ਹੋਇਆ ਨਾ ਹੋਣਾ ਇਹ ਸਭ ਤੇਰੀਆਂ ਰਹਿਮਤਾਂ ਨੇ ਸੁਖ ਸਹਜ आनंद नानक कृपा तेरी तरह पौण तेरी कृपा ਦੇ ਨਾਲ ਹੀ ਭੌਣ ਭਵ ਸਾਗਰ ਇਹ ਭਾਵਨਾ ਦਾ ਸਮੁੰਦਰ ਹੈ ਅੰਦਰ ਵਿਚਾਰਾਂ ਦਾ ਸਮੁੰਦਰ ਹੈ ਸੋਚਾਂ ਦਾ ਸਮੁੰਦਰ ਹੈ ਇਹਦੇ ਚ ਸੁਰਤ ਉਲਝਦੀ ਹੈ ਇਹਦੇ ਚ ਡੁੱਬਦੀ ਹੈ ਇਹ ਤੂੰ ਹੀ ਇਸ ਨੂੰ ਬਚਾਉਣਾ ਹੈ ਵਾਹਿਗੁਰੂ ਜੀ ਤੁਹਾਡੀ ਹੀ ਬਖਸ਼ਿਸ਼ ਨਾਲ ਇਹ ਸਭ ਕੁਝ ਹੁੰਦਾ ਹੈ ਜੇ ਅੰਦਰ ਸੰਤੁਸ਼ਟੀ ਸ਼ੁਕਰਾਨਾ ਹੈ ਸਬਰ ਸੰਤੋਖ ਹੈ ਇਹ ਸਭ ਤੇਰੀ ਦਾਤ ਹੈ ਇੰਦੇ ਅਸਹਿਜ ਹੈ ਆਨੰਦ ਹੈ ਇਹ ਤੇਰੀਆਂ ਦਿੱਤੀਆਂ ਦਾਤਾਂ ਨੇ ਨਾਮ ਤਾਰੀਕ ਉਧਾਰੇ ਭਗਤਾਂ ਸੰਸਾ ਕੌਨ ਤੇਰੇ ਤੇਰਾ ਨਾਮ ਸਾਡੇ ਨਾਮ ਨਾਲ ਜੁੜ ਗਿਆ ਅਸੀਂ ਤੇਰੇ ਕਹੋਂਦੇ ਹਾਂ ਗੁਰੂ ਪਾਤਸ਼ਾਹ ਜੀ ਤੁਹਾਡੇ ਗੁਰਸਿੱਖ ਹੁੰਦੇ ਹਾਂ ਵਾਹਿਗੁਰੂ ਜੀ ਤੁਹਾਡੇ ਪੁੱਤਰ ਤੀਹਾਂ ਕਹੋਂਦੇ ਹਾਂ ਤੁਸੀਂ ਆਪਣੇ ਭਗਤਾਂ ਨੂੰ ਉਧਾਰਦੇ ਹੋ ਮੈਨੂੰ ਕੋਈ ਸ਼ੰਕਾ ਨਹੀਂ ਸਾਡੇ ਤੇ ਵੀ ਕਿਰਪਾ ਕਰੋ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ ਹੁਣ ਇਥੇ ਸਾਨੂੰ ਸਿੱਖਿਆ ਦੇ ਰਹੇ ਨੇ ਗੁਰੂ ਪਾਤਸ਼ਾਹ ਜੇਨ ਕੇਨ ਪ੍ਰਕਾਰੇ ਜਿਸ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਰੱਬ ਦਾ ਜਸ ਸੁਣੋ ਉਹਦੀਆਂ ਵਡਿਆਈਆਂ ਸੁਣੋ ਉਹਦੇ ਤੋਂ ਪ੍ਰਭਾਵਿਤ ਹੋਵੋ ਜਿੱਥੇ ਬੈਠੋ ਉਥੇ ਬੰਡੋ ਸੁਨੋ ਸਰਵਨ ਬਾਣੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਅ ਗਿਆਨवान पुरਖਾ ਜੇ ਤੂੰ ਆਪਣੇ ਆਪ ਨੂੰ ਸਿਆਣਾ ਮੰਨਦਾ ਏ ਰੱਬ ਦੀ ਬਾਣੀ ਗੁਰੂ ਪਿਤਾ ਜੀ ਦੀ ਬਾਣੀ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸੁਣ ਖਿਹੜੇ ਮੱਥੇ ਮੰਨ ਮਨ ਵਿੱਚ ਗੁਨਾ ਦਾ ਖਜ਼ਾਨਾ ਪ੍ਰਗਟ ਹੋ ਜਾਏਗਾ ਮਨ ਵਿੱਚ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਦਾ ਖਜ਼ਾਨਾ ਪ੍ਰਗਟ ਹੋ ਜਾਏਗਾ ਮਨ ਵਿੱਚ ਪਰਉਪਕਾਰੀ ਬਿਰਤੀਆਂ ਲਗਨ ਪਿਆਰ ਜਨੂਨ ਜਜ਼ਬਾ ਇਹ ਖਜ਼ਾਨਾ ਪੈਦਾ ਹੋ ਜਾਏਗਾ ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੇ ਜਿਹਦੇ ਰੱਬ ਦੇ ਪਿਆਰ ਵਿੱਚ ਭਿੱਜੇ ਹੋਏ ਰੱਬ ਦੇ ਗੁਣਾ ਨੂੰ ਗਾਉਂਦੇ ਨੇ ਭਾਵ ਗੁਣਾ ਦਾ ਸ਼ੁਕਰਾਨਾ ਗੁਣਾ ਵਾਲਾ ਜੀਵਨ ਗੁਣਾ ਦਾ ਪਰਵਕਾਰੀ ਜੀਵਨ ਜਿਉਂਦੇ ਨੇ ਇਹ ਵਿਧੀਆਂ ਰੱਬ ਆਪ ਬਰਤਾਉਂਦੇ ਨੇ ਕਿਉਂਕਿ ਵਿਧਾਤਾ ਨੇ ਜਿਨ੍ਹਾਂ ਦੇ ਅੰਦਰ ਤੜਫ ਹੈ ਆਪਾ ਵਾਰਨ ਦੀ ਭਾਵਨਾ ਹੈ ਰੱਬ ਵਿਧੀਆਂ ਬਣਾ ਦਿੰਦਾ ਹੈ ਜੇ ਭਾਵਨਾ ਕੱਚੀ ਹੈ ਤੇ ਐਸੀਆਂ ਵਿਧੀਆਂ ਬਣ ਜਾਂਦੀਆਂ ਬੰਦਾ ਡੋਲ ਕੇ ਪਾਸੇ ਟੁੱਟ ਜਾਂਦਾ ਹੈ ਬਸ ਉਹ ਕਾਗਜ਼ ਬਨ ਰਾਜ ਕਲਮ ਲਿਖਣ ਕੌਜੋ ਹੋਏ ਪਵਨ ਕਹਿੰਦੇ ਜੇ ਧਰਤੀ ਕਾਗਜ਼ ਬਨ ਜਾਵੇ ਬਨਸਪਤੀ ਕਲਮਾਂ ਬਨ ਜਾਣ ਸਾਰੀ ਬਨਸਪਤੀ ਦੀਆਂ ਕਲਮਾਂ ਧਰਤੀ ਦੇ ਉੱਪਰ ਲਿਖਣ ਵਾਸਤੇ ਹਵਾ ਜਿਹੜੀ ਹੈ ਉਹ ਸ਼ਾਈ ਬਨ ਜਾਵੇ ਤੇ ਫਿਰ ਵੀ ਉਹ ਬਿਆੰਤ ਹੈ ਲਿਖਿਆ ਨਹੀਂ ਜਾ ਸਕਦਾ ਬਿਆੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸ਼ਰਨ ਉਹ ਬਿਆੰਤ ਹੈ ਉਦਾ ਭੇਦ ਨਹੀਂ ਪਾਇਆ ਜਾ ਸਕਦਾ ਜਿੰਨੀ ਕਿਸੇ ਨੂੰ ਸਮਝ ਲੱਗੀ ਉਨੀ ਕੁਸ ਨੇ ਦੱਸ ਦਿੱਤੀ ਹੈ ਨਾਨਕ ਜੀ ਉਹਦੀ ਸ਼ਰਨ ਗਹੀ ਹੈ ਉਹਦੇ ਉਪਦੇਸ਼ ਤੇ ਗੁਣਾ ਰੂਪੀ ਚਰਣਾ ਦੇ ਲਨ ਲੱਗੇ ਹਾਂ ਦਾਤਾ ਜੀ ਰਹਿਮਤਾਂ ਬਣਾ ਕੇ ਰੱਖਿਓ ਤੇਰੇ ਮਾਰਗ ਤੇ ਤੁਰੇ ਰਹੀਏ ਗੁਰਪਾਤਸ਼ਾ ਕਿਰਪਾ ਕਰ ਜਿੰਨੀ ਕਿ ਗੁਰਬਾਣੀ ਸਮਝ ਆਵੇ ਉਹਨੂੰ ਜ਼ਿੰਦਗੀ ਜਿਉਣ ਲਈ ਉਦੰਭੀ ਕਰੀਏ ਅਰਦਾਸਾਂ ਵੀ ਕਰੀਏ ਦੋ ਲਿਗੇ ਨਾ ਇਹ ਚੱਪੂ ਐ ਚੱਪੂ ਚੱਲਦੇ ਰਹਿਣਗੇ ਲਹਿਰਾਂ ਉੱਠਦੀਆਂ ਰਹਿਣਗੀਆਂ ਕਿਸ਼ਤੀ ਡੋਲਦੀ ਰਹੇਗੀ ਇੱਕ ਦਿਨ ਕਿਨਾਰੇ ਲੱਗ ਜਾਏਗੀ ਕੱਲ ਨੂੰ ਫਿਰ 458 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਗੁਰੂ ਫਤਿਹ ਉਲੰਚਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ